ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਸਾਲ 2024 ਅਤੇ 25 ਦੇ ਠੇਕਿਆਂ ਲਈ ਅਲਾਟਮੈਂਟ ਕੀਤੇ ਗਏ ਨੇ ਉਹ ਬੜਾ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਜੀ। ਅਸੀਂ ਰਜਿੰਦਰਾ ਵਾਈਨ ਸਾਡਾ ਜੈਂਤੀਪੁਰੀ ਗਰੁੱਪ ਹੈ ਜੀ, ਉਹ ਆਰ ਕੇ ਐਂਟਰਪ੍ਰਾਈਜ਼ ਵੱਲੋਂ ਸਾਨੂੰ ਇਸ ਸਾਲ ਇੱਕ ਧਾਰੀਵਾਲ ਗਰੁੱਪ ਆਰ ਕੇ ਐਂਟਰਪ੍ਰਾਈਜ਼ ਦੇ ਹਿੱਸੇ ਗਿਆ ਜੀ, ਇੱਕ ਸ਼੍ਰੀ ਹਰਗੋਬਿੰਦਪੁਰ ਜਿਹੜਾ ਜੀ ਉਹ ਗਰੁੱਪ ਸਾਡੇ ਹਿੱਸੇ ਗਿਆ ਜੀ। ਕਿਸ ਤਰ੍ਹਾਂ ਵੀ ਸੰਭਾਵਨਾ ਲੱਗ ਰਹੀ, ਕਿੱਦਾਂ ਦਾ ਰਹੂਗਾ ਕਾਰੋਬਾਰ? ਕਾਰੋਬਾਰ ਜਿਸ ਹਿਸਾਬ ਨਾਲ ਤਾਂ ਇਨਕਰੀਜ਼ ਕੀਤੀ ਹੈ ਜੀ, ਕਾਰੋਬਾਰ ਤਾਂ ਬਹੁਤ ਘਾਟੇ ਵਾਲਾ ਹੈ ਜੀ, ਪਰ ਕੀ ਕਹਿ ਸਕਦੇ ਹਾਂ ਵੀ ਉਹ ਟ੍ਰੇਡ ਛੱਡਣੀ ਬੜੀ ਔਖੀ ਹੈ ਜੀ, 15-16 ਸਾਲ ਤੋਂ ਇਸ ਟ੍ਰੇਡ ਨਾਲ ਜੁੜੇ ਹਾਂ, ਤਾਂ ਫਿਰ ਇਸ ਕਰਕੇ ਥੋੜ੍ਹਾ ਬਹੁਤਾ ਕੰਮ ਇਸ ਵਾਰ ਸਾਡਾ ਆਰ ਕੇ ਐਂਟਰਪ੍ਰਾਈਜ਼ ਦਾ ਬਹੁਤ ਕੰਮ ਘਟਾਇਆ ਜੀ, ਕੰਮ ਮਹਿੰਗਾ ਹੋਣ ਕਰਕੇ, ਪਰ ਫਿਰ ਵੀ ਇਸ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਆ ਇਸੇ ਦੋ ਗਰੁੱਪ ਜਿਹੜੇ ਆਏ ਜੀ। ਪ੍ਰਸ਼ਾਸਨ ਵੱਲੋਂ ਕਿੰਨਾ ਪ੍ਰਬੰਧ? ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਜੀ, ਪੰਜਾਬ ਪੁਲਿਸ ਦਾ ਬੜਾ ਵਧੀਆ ਪ੍ਰਬੰਧ ਸੀ, ਸਾਡੇ ਐਕਸਾਈਜ਼ ਡਿਪਾਰਟਮੈਂਟ ਦਾ ਬੜਾ ਵਧੀਆ ਪ੍ਰਬੰਧ ਸੀ, ਤੁਹਾਡੇ ਮੀਡੀਆ ਦਾ ਵੀ, ਭਾਈਚਾਰਾ ਸਾਰੇ ਦਾ ਬੜਾ ਵਧੀਆ ਸਹਿਯੋਗ ਰਿਹਾ ਜੀ, ਬੜਾ ਪਾਰਦਰਸ਼ੀ ਢੰਗ ਦੇ ਨਾਲ ਸਾਰੀ ਜਿਹੜੀ ਉਹ ਲਾਟਰੀ ਦਾ ਪ੍ਰਬੰਧ ਕੀਤਾ ਗਿਆ ਜੀ। ਭਾਈ, ਜਿਹੜੀ ਪੰਜਾਬ ਸਰਕਾਰ ਨੇ ਸ਼ਰਾਬ ਨੂੰ ਲੈ ਕੇ ਆਬਕਾਰੀ ਨੀਤੀ ਬਣਾਈ ਹੈ ਨਵੀਂ, ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਆਬਕਾਰੀ ਨੀਤੀ ਦੀ ਡੇ ਬਾਈ ਡੇ ਪਿਛਲੇ ਸਾਲ 12% ਇਨਕਰੀਜ਼ ਕਰਤੀ ਸੀ, ਇਸ ਸਾਲ 10% ਇਨਕਰੀਜ਼ ਕਰਤੀ ਹੈ, ਦੋਵਾਂ ਸਾਲਾਂ ਦੇ ਵਿੱਚ 22% ਇਨਕਰੀਜ਼ ਹੋ ਗਈ ਹੈ ਜੀ। ਉਹ ਠੇਕੇਦਾਰ ਨੂੰ ਡੇ ਬਾਈ ਡੇ ਜਿਹੜੀ ਪਾਲਿਸੀ ਬਣ ਰਹੀ ਹੈ ਜੀ, ਉਹ ਮਾਰਨ ਵਾਲੀ ਬਣ ਰਹੀ ਹੈ, ਇਹਦੇ ਵਿੱਚ ਬੜਾ ਔਖਾ ਹੈ ਜੀ, ਇਹਦੇ ਵਿੱਚ ਰੈਵਨਿਊ ਇਕੱਠਾ ਕਰਨਾ ਜਿਹੜਾ ਬੜਾ ਔਖਾ ਹੈ ਜੀ। ਹਾਂ, ਕੁਝ ਜਿਹੜੇ ਇਸ ਨਹੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਕੰਮ ਜਿਹੜਾ ਜੀ ਜੋ ਨਹੀਂ ਅਜੇ ਜਿਹੜਾ ਮਤਲਬ ਸੇਲ ਹੋਇਆ ਜੀ, ਕੰਮ ਮਹਿੰਗਾ ਹੋਣ ਕਰਕੇ ਜਿਹੜਾ ਜੀ ਉਹਦੀ ਲਾਟਰੀ ਨਹੀਂ ਆਈ, ਠੇਕੇਦਾਰਾਂ ਨੇ ਜਿਹੜਾ ਕੋਈ ਇੰਨਾ ਇੰਟਰਸਟ ਨਹੀਂ ਵਿਖਾਇਆ ਜੀ। ਬਟਾਲਾ ਸ਼ਹਿਰ ਵੱਡਾ ਸੀ ਜੀ, ਬਟਾਲਾ ਅੱਜ ਤੋਂ 2 ਸਾਲ ਪਹਿਲਾਂ ਜੀ ਉਹ ਨੀਅਰ ਅਬਾਊਟ ਜਿਹੜਾ ਸੀ ਉਹ 55-56 ਕਰੋੜ ਦਾ ਸੀ, ਇਸ ਸਮੇਂ ਉਹ 70 ਕਰੋੜ ਦਾ ਹੋ ਗਿਆ ਜੀ। 70 ਕਰੋੜ ਦਾ ਕਾਰੋਬਾਰ ਲੈ ਕੇ ਵਰਕਰਾਂ ਦਾ ਖਰਚੇ, ਗਾੜੀ ਗੱਡੀਆਂ ਦੇ ਖਰਚੇ, ਉਹ ਕਿੱਦਾਂ ਪੂਰਾ ਕਰਨਾ ਸੀ ਜੀ? ਅੱਜ ਪੂਰੇ ਪੰਜਾਬ ਦੇ ਵਿੱਚ ਬਲਕਿ ਗੁਰਦਾਸਪੁਰ ਦੇ ਵਿੱਚ ਵੀ ਡਰਾਫ ਲੋਟਸ ਨਿਕਾਲੇ ਗਏ ਨੇ ਸਾਲ 24-25 ਦੀ ਪਾਲਿਸੀ ਲਈ। ਡਰਾਫ ਲੋਟਸ ਬੜੀ ਪਾਰਦਰਸ਼ਤਾ ਨਾਲ ਨਿਕਾਲੇ ਗਏ, ਬੜੀ ਟ੍ਰਾਂਸਪੇਰੈਂਸੀ ਨਾਲ ਨਿਕਾਲੇ ਗਏ ਆ, ਔਰ ਜੋ ਪਾਲਿਸੀ ਦੀ ਸ਼ਰਤਾਂ ਉਸਦੇ ਅਕੋਰਡਿੰਗ ਨਿਕਾਲੇ ਗਏ ਨੇ, ਔਰ ਟੋਟਲ ਐਪਲੀਕੇਸ਼ਨ ਪਠਾਨਕੋਟ ਔਰ ਗੁਰਦਾਸਪੁਰ ਦੇ ਵਿੱਚ 374 ਆਈਆਂ ਨੇ, ਜਿਸਦੇ ਵਿੱਚ ਰੈਵਨਿਊ 2.81 ਕਰੋੜ ਆਇਆ, ਔਰ 14 ਗਰੁੱਪ ਸੀਗੇ ਜਿਹਦੇ ਵਿੱਚ 11 ਗਰੁੱਪਸ ਦੀ ਐਪਲੀਕੇਸ਼ਨ ਆਈਆਂ, 11 ਡਰਾਫ ਲੋਟਸ ਨਿਕਾਲੇ ਗਏ ਨੇ, ਔਰ ਟੋਟਲ ਰੈਵਨਿਊ ਜੋ ਕਿ ਮੌਕੇ ਦੇ 3% ਫੀਸ ਜਮ੍ਹਾਂ ਕਰਵਾਉਣੀ ਹੁੰਦੀ ਆ, ਡੈਟ ਇਜ਼ 15% ਹੈ, ਔਰ 15 ਕਰੋੜ ਤੇ ਜਮ੍ਹਾਂ ਕਰਵਾਇਆ ਗਿਆ ਹੈ, ਔਰ ਕੋਈ ਵੀ ਐਸਾ ਗਰੁੱਪ ਨਹੀਂ ਹੈ ਜਿਨ੍ਹਾਂ ਨੇ ਕਿ ਮੌਕੇ ਤੇ ਫੀਸ ਨਹੀਂ ਜਮ੍ਹਾਂ ਕਰਾਈ ਹੈ। 15 ਕਰੋੜ ਰੈਵਨਿਊ ਅੱਜ ਆਇਆ ਹੈ ਔਰ 2.81 ਕਰੋੜ ਡਰਾਫ ਲੋਟਸ ਤੋਂ ਆਇਆ ਹੈ। ਟੋਟਲ ਬੋਲੀ 570 ਕਰੋੜ ਹੋਈ, ਹਾਂ, ਦੋਨਾਂ ਜ਼ਿਲ੍ਹੇ ਪਠਾਨਕੋਟ ਔਰ ਗੁਰਦਾਸਪੁਰ।